ਬਈ ਅਕਲੀਤਾਂ ਦੇ ਹਕੂਕ ਬਜਾਏ ਨੇ ਮੁਸਲਮਾਨ ਦੇ ਔਖੇ ਸਾਰ, ਅਕਲੀਤਾਂ ਦੇ ਹਕੂਕ ਬਜਾਏ ਨੇ ਮੁਸਲਮਾਨ ਦੇ ਔਖੇ ਸਾਹਿਨ, ਕਲਮੇ ਦੀ ਬੁਨਿਆਦ ਤੇ ਬਣਿਆ ਪਾਕਿਸਤਾਨ ਇਤਮਾਦ ਤੇ ਬਣਿਆ, ਹਰ ਮਜ਼ਹਬ ਹਦੂਦ ਦੇ ਅੰਦਰ ਆਪਣੇ ਖਾਸ ਵਜੂਦ ਦੇ ਅੰਦਰ ਆਜ਼ਾਦ ਹੋ ਕੇ ਇਬਾਦਤ ਕਰਦਾ, ਮੈਨੂੰ ਤਾਂ ਮਹਿਫੂਜ਼ ਨਜ਼ਰ ਆਜ਼ਾਦ ਹੋ ਕੇ ਇਬਾਦਤ ਕਰਦਾ, ਮੈਨੂੰ ਤਾਂ ਮਹਿਫੂਜ਼ ਨਜ਼ਰ ਦਾ, ਹਾਂ ਇੱਕ ਤਬਕਾ ਮਜ਼ਲੂਮ ਜ਼ਰੂਰ, ਇੱਕ ਤਬਕਾ ਮਜ਼ਲੂਮ ਜ਼ਰੂਰ ਹੈ, ਹਾਕਿਮ ਬਣ ਮਕੂਮ ਜ਼ਰੂਰ ਹੈ, ਜੈਂਦੀਆਂ ਆਣ ਇਬਾਦਤ ਗਾਈ ਚੂ, ਖਸਨ ਖਾਬ ਵੀ ਆਣ ਗਾਈ ਚੂ, ਕਦੀ ਆਣ ਸਪੀਕਰ ਲਾਵੇਂ, ਮਕਤਬ ਗਾਈ ਨੂੰ ਤਾਲੇ ਲਾਵੇਂ, ਸ਼ਿੱਦਤ ਪਸੰਦ ਦੇ ਨਾਂ ਵੀ ਦੇਵੇਂ, ਦਹਿਸ਼ਤਗਰਦੀ ਦੇ ਇਲਜ਼ਾਮ ਵੀ ਦੇਵੇਂ, ਕਰ ਬਰਦਾਸ਼ਤ ਗੁਜ਼ਾਰੇ ਕੀਤੇ, ਮੁਲਕ ਦੀ ਖਾਤਿਰ ਸਾਰੇ ਕੀਤੇ, ਤਾਂ ਜੋ ਅਮਨ ਖਰਾਬ ਨਾ ਹੋਵੇ, ਕੋਈ ਸ਼ਹਿਰੀ ਬੇਤਾਬ ਨਾ ਹੋਵੇ, ਤਾਂ ਜੋ ਅਮਨ ਖਰਾਬ ਨਾ ਹੋਵੇ, ਕੋਈ ਸ਼ਹਿਰੀ ਬੇਤਾਬ ਨਾ ਹੋਵੇ, ਪਰ ਸਨ ਅਫਸੋਸ ਗੁਲਾਮੀ ਖਾ ਗਏ, ਸਨ ਅਫਸੋਸ ਗੁਲਾਮੀ ਖਾ ਗਈ, ਨੀਤਾਂ ਵਿੱਚ ਬੇਈਮਾਨੀ ਆ ਗਈ, ਕਹਿੰਦੇ ਤੌਰ ਤਰੀਕੇ ਭਾ ਗਏ, ਆਪਣੀ ਸੋਚ ਸਕਾਫਤ ਖਾ ਗਏ, ਗੈਰ ਦੇ ਪੇਰ ਤੇ ਪੇਰ ਅਸਾਡੇ, ਅੱਖੀਆਂ ਅੱਗੂ ਅੰਧੇਰ ਅਸਾਡੇ, ਰਾਹ ਮੰਜ਼ਿਲ ਦੇ ਛੁੱਟਦੇ ਵਹਿੰਦੇ, ਦਰਸ ਗੈਰਤ ਦੇ ਛੁੱਟਦੇ ਵਹਿੰਦੇ, ਕੈਦ ਇਕਬਾਲ ਦੀ ਮਿਹਨਤ ਗਿਣ ਗਈ ਸਾਨੂੰ ਅਸਲ ਖੁਸ਼ਾਮਦ ਗਿਣ ਗਈ, ਕੈਦ ਇਕਬਾਲ ਦੀ ਮਿਹਨਤ ਗਿਣ ਗਈ ਸਾਨੂੰ ਅਸਲ ਖੁਸ਼ਾਮਦ ਗਿਣ ਗਈ, ਇਤਨੀ ਮੈਂ ਆਵਾਜ਼ ਉਠੈਸਾਂ ਮੁਸਲਿਮ ਕੌਮ ਨੂੰ ਆਪ, ਇਤਨੀ ਮੈਂ ਆਵਾਜ਼ ਉਠੈਸਾਂ ਮੁਸਲਿਮ ਕੌਮ ਨੂੰ ਆਣ ਜਣੈਸਾਂ, ਕਾਰੇ ਖੈਰ ਚ ਹਰ ਕੋਈ ਤਣਸੀ, ਇੱਥੇ ਬਾਬਰੀ ਮਸਜਿਦ ਬਹੁ ਦੁਸ਼ਮਣ ਦੀ ਪਾਸ ਹੋ ਗਈ, ਬਹੁ ਦੁਸ਼ਮਣ ਦੀ ਪਾਸ ਹੋ ਗਈ, ਹੁਣ ਬਰਦਾਸ਼ਤ ਦੀ ਬਸ ਹੋ ਗਈ, ਇਤਨੀ ਮੈਂ ਆਵਾਜ਼ ਉਠੈਸਾਂ ਮੁਸਲਿਮ ਕੌਮ ਨੂੰ ਆਣ ਜਗੈਸਾਂ, ਕੈਰ ਕਾਰੇ ਖੈਰ ਚ ਹਰ ਕੋਈ ਤਣਸੀ, ਇੱਥੇ ਬਾਬਰੀ ਮਸਜਿਦ ਬਣਸੀ, ਜਨਾਬ ਰਾਜ ਸਾਹਿਬ ਭਾਈ ਜਿੱਦ ਹਾਂ ਤਾਂ ਉਹ ਤਾਂ ਹਾਂ ਜੋ ਸਹੀ, ਹੁਣ ਮੇਰੀ ਤੂੰ ਮਜਬੂਰੀ ਨਹੀਂ।